alayhi wa ala abaihi fi hazihi sa'atin wa fi kulli sa'at min sa'ati al-layl wa an-nahar waliyyan wa hafizan wa qa'idan wa nasiran wa dalilan wa aina حتى تسكنه أرزقا توان وتمتع آه فيها طويلا يا رب محمد صل على محمد وآل محمد بلند صلوات پڑھو اللهم صلوات دا پڑھنا عظیم عبادت ہے بلند آواز دے نال صلوات تلاوت فرماو اللهم صل على محمد وآل محمد نعرہ تکبیر ماشاءاللہ کافی تعداد ہے اپنے آپ کو تھوڑا نہ سمجھو اللہ آل محمد بھی خالق ہے بلند آواز دے نال نعرے دا جواب دیو نعرے تکبیر نعرے رسالت نعرے رسالت نعرے حیدری حیدری حسینیت حسینیت یزیدیت یزیدیت اہلِ بید دشمنہ تلانت اہلِ بید قاتلان تلانت کھلے دل نہ لہک سلوات پڑھو محمد و آل محمد ذات میرے صادق آل محمد فرمیندن جڑا بندہ ساڈی ذات تے خوش ہو کے درود بھیجے اندے رزق وچ کمی نہیں آ سکدی کھلے دل نہ سلوات پڑھو اللہم صلی علی محمد و آل محمد ہے اجازت جی نوکری شروع کیتی جاوے اللہم صلی اللہ ماشاءاللہ لا حول ولا قوة الا بالله العلی العظیم بسم اللہ الرحمن الرحیم بلند صلوات الحمدللہ رب العالمین والعاقبۃ للمتقین والجنۃ للمؤمنین صلوات محمد و آل محمد الذین ردت لاؤں ہو شام سو مرت آئین ضربات علی فی یوم الخندق افضل من نباودت سکلائن نعرہ حیدری وسلام علی سیدہ تل جلیلہ تل مخدومہ تل محرومہ محرومہ تین مراو سے ابیہا سیدہ تل نساء العالمین خیرات نہیں میں حق اپنا بھلا انہیں دیاں علی دیاں راضی ہوں آج تے کہیں ذاکر دے پڑھن دی لوڑی کوئی نہیں روندہ ہو جیندہ کئی نقصان ہوئے میں کدا نہیں آکھیا میں تیری ہانج دا زامنہ ہانج دی زامنو سینے جڑی سکے بھرا دلاش تو اینج گزریے جی میں کو جھلک دائنا
ronda ho janda kai nuksan hove khairat nahi main haq apna te darbar cho mangdi paiya meri sain rokya diye main piu de ilm di hai waris ha mata samjhe main bhul gayi ha ਮੇਰੀ ਸੈਣ ਦੂਵਾਂ ਸ਼ਹਿਜ਼ਾਦਿਆਂ ਦੇ ਸਰ ਤੇ ਹੱਥ ਰੱਖਾਏ ਕਮੀਨੇ ਦੇ ਪਾਸੇ ਮੂੰਹ ਕਰਕੇ ਆਧੀਏ ਬਹੁ ਦੇ ਰਤਾਈ ਨਹੀਂ ਖੜਾ ਸਕਦੀ ਸੁਲਤਾਨ ਪਿਓ ਦੀਆਂ ਰੋਵਣ ਵਾਲੀ ਇਹ ਗੱਲ ਬੀਬੀ ਝੋਲੀ ਛੰਡੀਏ ਟੁਰ ਪਈਏ ਰੋ ਕੇ ਆਧੀਏ ਮੇਢੇ ਕੋਈ ਨਹੀਂ ਭਾਣ ਹੋ ਭੀਰਾਵਾਂ ਦੇ ਤਾਈ ਖਾਲੀ ਵੈਂਦੀ ਬਿਸਮਿਲਲਾ ਕਰਾਂ ਦੀਆਂ ਅਲੀ ਦੀਆਂ ਰਾਜ਼ੀ ਹੋਵੇ ਇਨਸ਼ਾਅੱਲਾ ਕੋਈ ਗਮ ਨਾ ਵੇਖੋ ਸਿਵਾਏ ਗਮੇ ਸ਼ਬੀਰ ਦਾ ਅਜ਼ਾਦਾਰੋ ਮੁਹੰਮਦ ਦੇ ਬਾਅਦ ਨਬੀਆਂ ਦੇ ਸੁਲਤਾਨ ਦੀ ਪਾਕ ਦੀ 3 ਘੰਟੇ ਮੁਸਲਮਾਨਾਂ ਦੇ ਦਰਬਾਰ ਵਿੱਚ ਖੜੀ ਰਹੀ 3 ਘੰਟੇ ਖਲੀ ਰਹੀ ਹੈ ਖਲੋਤੀ ਦੇ ਸਰ ਦੇ ਵਾਲ ਸਫੈਦ ਹੋ ਗਏ ਅੱਜ ਤਾਂ ਮੈਂ ਮਿੰਬਰ ਤੇ ਬਿਆਨ ਨਹੀਂ ਕਰ ਸਕੀ ਅੱਜ ਜ਼ਹਰਾ ਦੇ ਸਰ ਦੇ ਵਾਲ ਸਫੈਦ ਕਿਵੇਂ ਹੋਏ ਚਲੋ ਇੱਕ ਜੁਮਲਾ ਦਾ ਇਸ ਜੁਮਲੇ ਤੇ ਪਤਾ ਲੱਗਵੇ ਸੀ ਮਾਤਮੀ ਕਿਸ ਜਾਤ ਤੇ ਤਸ਼ਰੀਫ ਫਰਮਾਏ ਅਜ਼ਾਦਾਰੋ ਮੁਸਲਮਾਨਾਂ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਇਹ ਗੱਲਾਂ ਕਰੇਂਦੇ ਰਹੇ ਜ਼ਹਰਾ ਜ਼ਈਫ ਆਉਂਦੀ ਰਹੀ ਸਦਕੇ 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 ਬਿਸਮਿਲਲਾ ਕਰਾਂ ਇਹ ਹੱਕ ਬਣਦੇ ਗਰੀਬਾਂ ਦੇ ਗਮ ਵਿੱਚ ਰੋਣ ਦਾ ਅਜ਼ਾਦਾਰੋ ਤਰੇ ਘੰਟੇ ਦੇ ਬਾਅਦ ਮੇਰੀ ਸਹਿਣ ਘਰ ਵਾਪਸ ਵੱਲੀ ਸੱਕੀ ਧੀ ਨਹੀਂ ਸੁਝਾਤਾ ਜਿਹੜੇ ਲਈ ਮੇਰੀ ਸਹਿਣ ਮਸਨਤ ਤੇ ਬਾਹਣ ਦਾ ਇਰਾਦਾ ਕੀਤਾ ਨਾ ਸਾਹਮਣੇ ਆ ਲਿਆ ਸਹਿਣ ਹੱਕਲ ਮਾਰ ਕੇ ਆਧੀ ਜ਼ਈਫਾ ਸੋਚ ਕੇ ਬਾਵੇਂ ਸਾਡੇ ਮਾਂ ਦੇ ਬਾਹਣ ਦੀ ਜਾਏ ਤੇਰੀ ਹਾਏ ਨੇ ਨਿਕਲੀ ਅਜ਼ਾਦਾਰੋ ਮੇਰੀ ਸਹਿਣ ਬਾਂਦੀ ਬਾਂਦੀ ਮਿੱਟੀ ਤੇ ਬਹਿ ਗਈ ਏ ਧੀ ਦੇ ਪਾਸੇ ਮੂੰਹ ਕਰਕੇ ਆਧੀ ਹੈ ਆਲੀਆ ਮੇਕੂ ਸੁਜਾਣ ਮੈਂ ਤੇਰੀ ਮਾਂ ਜ਼ਹਰਾ ਹਾਂ ਸਦਕੇ 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 ਬਿਸਮਿਲਲਾ ਕਰਾਂ ਮੇਰੀ ਸਹਿਣ ਆਦੀ ਅੰਮਾ ਰੋਂਦੀ ਕਿਉਂ ਏ ਅੰਮਾ ਕੀ ਬਣਿਆ ਏ ਹੱਕ ਨੂੰ ਬੈਠੀ ਰੋਂਦੀ ਏ ਹੱਕ ਨਹੀਂ ਮਿਲਿਆ ਤਾਂ ਕੀ ਬਣਿਆ ਏ ਅਜ਼ਾਦਾਰੋ ਮੇਰੀ ਸਹਿਣ ਮਿੱਟੀ ਤੋਂ ਉੱਠੀ ਹੈ ਹਾਏ ਇੰਝ ਕਰਿਆ ਜਿਵੇਂ ਜਨਾਜ਼ਾ ਪਿਆ ਨਿਕਲਦਾ ਹੋਵੇ ਮੇਰੀ ਸਹਿਣ ਮਿੱਟੀ ਤੋਂ ਉੱਠੀ ਹੈ ਧੀ ਦੇ ਗੱਲ 'ਚ ਬਾਈ ਪਾ ਕੇ ਉੱਚਾ ਵਹਿਣ ਕਰਕੇ ਆ ਦੀਏ ਮੈਂ ਹੱਕ ਨੂੰ ਨਹੀਂ ਬੈਠੀ ਰਹਿੰਦੀ ਜਿਹੜਾ ਬਾਜ਼ਾਰ 'ਚ ਮੰਜ਼ਰ ਮੈਂ ਵੇਖਾਈ ਨਾ ਹੁਣ ਪੱਕ ਹੋ ਗਈ ਹੈ ਨਾ ਤੇਰੀ ਚਾਦਰ ਬਚਦੀ ਹੈ ਨਾ ਮੇਰੇ ਹੁਸੈਨ ਦਾ ਸਰ ਬਚਦੇ ਬੀਬੀ ਆਦੀ ਅੰਮਾ ਪਰਵਾਹ ਨਾ ਕਰ ਮੇਰੀ ਚਾਦਰ ਦੀ ਮੇਰੇ ਜ਼ਮਾਨੇ 'ਤੇ ਸ਼ਾਜ਼ੋਰ ਭਿਰਾ ਹੈ ਅੰਮਾ ਤੇਰੀ ਇਹ ਹਾਲਤ ਮਦੀਨੇ ਇਸ ਵਾਸਤੇ ਕੀਤੀ ਨੇ ਤੇਰਾ ਭਿਰਾ ਜੋ ਕੋਈ ਨਹੀਂ ਤੇਰਾ ਕੋਈ ਭਿਰਾ ਹੋਵੇ ਆਵਤ ਮੈਂ ਵੇਖਾਂ ਕੌਣ ਹੈ ਜਿਹੜਾ ਤੇ ਕੋ ਹੱਕ ਨਾ ਦੇਵੇ ਅਜ਼ਾਦਾਰੋ ਜਾਣਦੇ ਹੋ ਕਿਤਨੀ ਮੁਹੱਬਤ ਆਈ ਜ਼ਹਰਾ ਦੇ ਨਾਲ ਰਸੂਲ ਨੂੰ ਇਤਨੀ ਮੁਹੱਬਤ ਆਈ ਜਿਹੜਾ ਜ਼ਹਰਾ ਬਾਬੇ ਦੇ ਸਾਹਮਣੇ ਆਵੇ ਨਾ ਮੁਹੰਮਦ ਖੜੇ ਹੋ ਕੇ ਧੀ ਦਾ ਇਸਤਕਬਾਲ ਕਰੇਂਦੇ ਹੈ ਅਸੀਂ ਪਾਗਲ ਨਹੀਂ ਅੱਧ ਰਾਤ ਵੇਲੇ ਮਾਵਾਂ ਭੈਣਾਂ ਨਾਲ ਰਲਾ ਕੇ ਮਜਲਿਸ ਵਿੱਚ ਆਏ ਬੈਠੇ ਹਾਂ ਦਰਦ ਸ਼ੀਆ ਕੌਮ ਨੂੰ ਹਿੱਕਾ ਖਾ ਗਈ ਹੈ ਜਿਹਦੇ ਵਾਸਤੇ ਨਬੀਆਂ ਦੇ ਸੁਲਤਾਨ ਖੜੇ ਹੁੰਦੇ ਆਏ ਉਸੇ ਜ਼ਹਰਾ ਨੂੰ ਮੁਸਲਮਾਨ ਹੱਸ ਹੱਸ ਕੇ ਮਰੇਂਦੇ ਰਹਿ ਗਏ ਸਦਕੇ 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 ਬਿਸਮਿਲਲਾ ਕਰਾਂ ਜਾਂ ਕੋਈ ਢਿੱਲਗਦੀ ਹੈ ਸ਼ਾਲਾ ਕੋਈ ਗਮ ਨਾ ਵੇਖੋ ਸਿਵਾਏ ਗਮੇ ਸ਼ਬੀਰ ਦੇ 3 ਜਮਾਤ ਦੀ ਉਸਾਨੀ ਚਲੋ ਇੱਕ ਗੱਲ ਕਰਦਾ ਜਾਵਾਂ ਅਜ਼ਾਦਾਰੋ ਰੋਂਦਾ ਹੋ ਜਾਂਦਾ ਕਈ ਨੁਕਸਾਨ ਹੋਵੇ ਇਮਾਮ ਮਸਜਿਦ ਚੋਂ ਘਰ ਵਾਪਸ ਆਏ ਜਨਾਬੇ ਫਿਜ਼ਾ ਆਪ ਦੱਸਿਆ ਯਾ ਇਲੀ ਅੱਜ ਘਰ ਦੇ ਸਾਰੇ ਕੰਮ ਬਤੂਲ ਆਪਣੇ ਹੱਥਾਂ ਨਾਲ ਕੀਤੇ ਬੀਬੀ ਆਦੀ ਏ ਯਾ ਅਲੀ ਮੇਰੇ ਕਰੀਬ ਆਓ ਅਲੀ ਬਾਦਸ਼ਾਹ ਟੁਰਦੇ ਟੁਰਦੇ ਬਤੂਲ ਦੇ ਕੋਲ ਹਨ ਜੀ ਹੁਕਮ ਕਿਆ ਆਖਣਾ ਚਾਹੁੰਦੇ ਹੋ ਜ਼ਿੰਦਗੀ 'ਚ ਪਹਿਲੀ ਵਾਰ ਮੇਰੀ ਸਹਿਣ ਸਰ ਤੋਂ ਚਾਦਰ ਲਹਾਈਏ ਗੱਲ 'ਚ ਪਾਤੀਏ ਵਾਰਿਸ ਦੇ ਪਾਸੇ ਮੂੰਹ ਕਰਕੇ ਆਦੀਏ ਯਾ ਅਲੀ ਅਗਰ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਨਾ ਯਤੀਮ ਸਮਝ ਕੇ ਮਾਫ ਕਰ ਛੋੜੇ ਯਤੀਮ ਸਮਝ ਕੇ ਮਾਫ ਕਰ ਛੋੜੇ ਵਾਰਿਸ ਦੇ ਮਿਲਣ ਦੇ ਬਾਅਦ ਬੀਬੀ ਆਦੀਏ ਜ਼ੈਨਬ ਮੇਰੇ ਕਰੀਬ ਆ ਮੇਰੀ ਸਹਿਣ ਆਲੀਆ ਟੁੱਟਦੀ ਟੁੱਟਦੀ ਜੀ ਅੰਮਾ ਹੁਕਮ ਕਿਆ ਆਖਣਾ ਚਾਹੁੰਦੇ ਹੋ ਬੀਬੀ ਆਦੀਏ ਆਲੀਆ ਅੱਜ ਦੇ ਬਾਅਦ ਇਸ ਘਰ ਦੀ ਬਤੂਲ ਤੂੰ ਏ ਬਾਬੇ ਦਾ ਖਿਆਲ ਰੱਖੇ ਨਾਨੇ ਦੀ ਜ਼ਰੀ 'ਤੇ ਚਿਰਾਗ ਜਲਾਵੇਂ ਭਰਾਵਾਂ ਨੂੰ ਖਿਆਲ ਰੱਖੇ ਪਿਆਰ ਕਰੇ
ਧੀ ਦੇ ਮਿਲਣ ਤੋਂ ਬਾਅਦ ਬੀਬੀ ਆਦੀ ਹਸਨੈਨ ਮੇਰੇ ਕਰੀਬ ਆਓ, ਦੋਵੇਂ ਸ਼ਹਿਜ਼ਾਦੇ ਮਾਂ ਦੇ ਕਰੀਬ ਆਏ, ਅੰਮਾ ਹੁਕਮ ਕਿਆ ਆਖਣਾ ਚਾਹੁੰਦੇ ਹੋ? ਬੀਬੀ ਰੋ ਕੇ ਆਦੀ ਹੈ, ਵੰਜੋ ਨਾਨੇ ਦੀ ਕਬਰ 'ਤੇ ਮੇਰੀ ਸਿਹਤ ਕਾਣ ਦੁਆ ਮੰਗੋ। ਅਜ਼ਾਦਾਰੋ ਦੋਵੇਂ ਸ਼ਹਿਜ਼ਾਦੇ ਟੁਰਦੇ ਟੁਰਦੇ ਨਾਨੇ ਦੀ ਕਬਰ 'ਤੇ ਆਏ, ਅੱਗੇ ਹਸਨ ਕੰਡ, ਪਿੱਛੇ ਹੁਸੈਨ, ਸਾਹਮਣੇ ਮੁਹੰਮਦ ਦੀ ਕਬਰ। ਹਸਨ ਆਦਿਨ, ਹੁਸੈਨ ਆਦਿਨ, ਹਸਨ ਵੀਰ ਤੁਸਾਂ ਦੁਆ ਮੰਗੋ, ਮੈਂ ਆਮੀਨ ਆਖਦਾ। ਹੁਸੈਨ ਆਦਿਨ, ਜੇ ਥੋੜ੍ਹੀ ਦੇਰ ਗੁਜ਼ਰੀ ਹੈ ਨਾ, ਮੈਂ ਜੋਕੇ ਹਸਨ ਭਰਾ ਦਾ ਮੂੰਹ ਡਿੱਠਾ ਏ, ਹਸਨ ਦੇ ਲੱਭ ਹਲਦੇ, ਹਸਨ ਦੇ ਸਿਸਕਿਆਂ ਦੀ ਆਵਾਜ਼, ਹਸਨ ਦਾ ਆਵਾਜ਼ ਨਹੀਂ ਨਿਕਲਦਾ। ਹੁਸੈਨ ਆਦਿਨ, ਮੈਂ ਸਮਝ ਗਈ ਹਾਂ, ਸਰ ਚਾਹੋ ਜਿਹੜੇ ਬੰਦੇ ਵਹਿਣ ਦੇ ਇੰਤਜ਼ਾਰ 'ਚ ਬੈਠੇ ਹੋ, ਹੁਸੈਨ ਆਦਿਨ ਮੈਂ ਸਮਝ ਗਈ ਹਾਂ, ਸ਼ਬੀਰ ਕੰਮ ਕਿਹੜਾ ਕੀਤਾ ਏ, ਨਿੱਕਾ ਜੀ ਆ, ਸੋਹਣਾ ਜੀ ਆ, ਪਿਆਰਾ ਜੀ ਆ, ਹੱਥ ਹਸਨ ਦੇ ਮੋਢੇ 'ਤੇ ਰੱਖਾ ਏ। ਅਜ਼ਾਦਾਰੋ ਰੋ ਕੇ ਆਦੇ ਹਟ ਜਾ, ਅਮੀਰਾਂ ਨੂੰ ਮੰਗਣ ਦਾ ਵਾਲ ਨਹੀਂ ਆਉਂਦਾ ਜੀ, ਬਿਸਮਿਲਾ ਕਰਾਉ ਜਿਹੜੇ ਰੋਂਦੇ ਪਏ ਹੋ, ਵੈਣ ਕਰਕੇ ਆ ਦਿਆ ਹਟ ਜਾ, ਮੈਂ ਜਾਣਾ ਨਬੀਆਂ ਦਾ ਸੁਲਤਾਨ ਜਾਣੇ ਆ। ਅਜ਼ਾਦਾਰੋ ਹਟ ਗਈ ਹਸਨ ਹੁਸੈਨ, ਪੈਰਾਂ ਵਾਲੇ ਪਾਸੇ ਬਹਿੰਦਾ ਨਾਨੇ ਦੀ ਕਬਰ 'ਤੇ ਬਹਿ ਗਈ ਏ ਆ। ਪਹਿਲਾਂ ਵੈਣ ਕਰਕੇ ਆ ਦੇ ਨਾਨਾ, ਆਪਣੀ ਉਮਤ ਨੂੰ ਪੁੱਛ, ਸਾਡੀ ਮਾਂ ਨੂੰ ਮਾਰਿਆ ਕਿਉਂ ਨੇ ਆ? ਉਹ ਜਵਾਨੋ ਤੇਰੀ ਹਾਏ ਨੇ ਨਿਕਲੇ। ਅਗਲਾ ਵੈਣ ਕਰਕੇ ਆ ਦੇ ਨਾਨਾ, ਆਪਣੀ ਉਮਤ ਨੂੰ ਪੁੱਛ, ਸਾਡੇ ਪਿਓ ਦੇ ਗੱਲ 'ਚ ਰੱਸੀਆਂ ਕਿਉਂ ਪਾਈਆਂ ਨੇ ਆ? ਅਜ਼ਾਦਾਰੋ ਤੇਰੀ ਹਾਏ ਨੇ ਨਿਕਲੇ। ਅਗਲਾ ਵੈਣ ਸ਼ਬੀਰੀ ਉਹ ਜੀਆ ਕੀਤਾ, ਮੁਹੰਮਦ ਦੀ ਕਬਰ ਹਲ ਗਈ ਆ। ਹੌਲੇ ਹੌਲੇ ਆਵਾਜ਼ ਆਂਦੇ ਨਾਨਾ, ਕਬਰ 'ਚੋਂ ਬਾਹਰਾ ਧੀ ਬੁੱਢੜੀ ਹੋ ਗਈ ਆ, ਜਿਹੜੀ ਰੋ ਰੋ ਕੇ ਆਧੀ ਆਈ ਬਾਬਾ ਦੀ ਰੋਲ ਗਈ। ਬਿਸਮਿਲਾ ਕਰਾਂ ਇਹ ਕੋਈ ਢਿੱਲ ਲੱਗਦੀ ਏ, ਗਰੀਬਾਂ ਦੇ ਗਮ 'ਚ ਹਾਏ ਕਰਨ 'ਤੇ ਆ। ਅਜ਼ਾਦਾਰੋ ਛੱਡਣ ਵਾਲਾ ਹੁਸੈਨ ਆ, ਮੁਹੰਮਦ ਬਾਹਰ ਕਿਵੇਂ ਨਾ ਵੇਣਾ? ਮੁਹੰਮਦ ਅਰਬੀ ਦੀ ਕਬਰ ਫਟ ਗਈ ਏ, ਮੁਹੰਮਦ ਕਮਰ ਥੋੜੀ ਬਾਹਰ ਆਏ ਨਾ। ਹੱਕਲ ਮਾਰ ਕੇ ਆ ਦੇਣਾ ਹਸਨ ਲਾਲ ਮੇਰੇ ਨੇੜੇ ਆ, ਹੁਸੈਨ ਮੇਰੇ ਗੱਲ 'ਚ ਬਾਹੀ ਪਾ। ਅਜ਼ਾਦਾਰੋ ਪੁੱਤਰਾਂ ਦੇ ਮੂੰਹ ਚੁੰਮਦੇ ਰਹੇ ਨਾ, ਪੁੱਤਰਾਂ ਦੀਆਂ ਗੱਲਾਂ ਸੁਣਦੇ ਰਹੇ ਨਾ। ਜਿਹੜੇ ਵੇਲੇ ਹੁਸੈਨ ਚੁੱਪ ਕਰ ਗਈ ਏ, ਮੁਹੰਮਦ ਆਦਿਨ ਆਪਣੀ ਸੁਣਾਈ ਨੇ, ਹੁਣ ਮੈਂ ਵੀ ਸੁਣਾਵਾ। ਹੱਥ ਬੰਨ ਕੇ ਆਦੇ ਹਾਂ ਨਾਨਾ ਤੁਹਾਡੀ ਸੁਣਨਾ ਏ। ਪੁੱਤਰਾਂ ਦੇ ਮੂੰਹ ਚੁੰਮ ਕੇ ਆਦੇ ਨਾ, ਵਤ ਦੁਆਈ ਨਾ ਮਗਾਓ, ਘਰ ਟੁਰ ਜਾਓ। ਮਾਂ ਮਰ ਗਈ ਨੇ, ਉਹ ਮਰ ਗਈ ਨੇ ਜਿਹੜੀ ਚੱਕੀਆਂ ਪੀ ਪੀ ਪਲੇਂਦੀਆਂ, ਜਿਹੜੀ ਰੋ ਰੋ ਕੇ ਆਦੀ ਆਈ ਮੈਂ ਔਖੇ ਪਲੇ ਦੀ ਰਹੀਆ। ਬਿਸਮਿਲਾ ਕਰਾਂ, ਸ਼ਾਲਾ ਕੋਈ ਗਮ 'ਚ ਨਾ ਰਹੋ, ਅਲੀ ਦੀਆਂ ਧੀਆਂ ਰਾਜ਼ੀਆਂ ਨੇ। ਅਜ਼ਾਦਾਰੋ ਮੇਰੀ ਮਜਲਿਸ 'ਚ ਜਿਹੜੇ ਜ਼ਵਾਰ ਬੈਠਿਓ, ਇੱਕ ਵਾਰ ਹੱਥ ਬੁਲੰਦ ਕਰਿਆ ਏ। ਜਿਹੜੇ ਜ਼ਵਾਰ ਬੈਠਿਓ, ਇੱਕ ਵਾਰ ਹੱਥ ਬੁਲੰਦ ਕਰਿਆ ਏ। ਅਲਹਮਦੁਲਿਲਾ, ਕਾਫੀ ਜ਼ਵਾਰ ਹੋ ਮੇਰੀ ਗੱਲ ਦੀ ਤਾਈਦ ਕਰੇ। ਸੋ ਅੱਜ ਵੀ ਅਲੀ ਬਨੇ ਅਬੀ ਤਾਲਿਬ ਦੀ ਜ਼ਰੀ 'ਤੇ ਇੱਕ ਜੁਮਲਾ ਲਿਖਿਆ ਹੋਇਆ, ਅਸਲਾਮੁ ਅਲੈਕਾ ਯਾ ਅਵਲ ਅਲ ਮਜ਼ਲੂਮ। ਸਮਝ ਨਹੀਂ ਆਈ ਮੁਜ਼ਾਹਿਰ ਅੱਬਾਸ ਨੂੰ, ਅਲੀ ਦੀ ਜ਼ਰੀ 'ਤੇ ਅਵਲ ਅਲ ਮਜ਼ਲੂਮ ਕਿਉਂ ਹਾ? ਅਜ਼ਾਦਾਰੋ ਉਸਲੇ ਸਮਝ ਆ ਗਈ ਜਿਹੜੇ ਲੈ ਅਲੀ ਦੀ ਮਜ਼ਲੂਮੀਅਤ ਦਾ ਜੁਮਲਾ ਪੜਿਆ। ਹਸਨਾ ਦਿਨ ਮੈਂ ਦਰਵਾਜ਼ੇ 'ਤੇ ਆਇਆ, ਬਾਬਾ ਅਲੀ ਏ ਕੱਲਾ ਨਹੀਂ ਆ, ਮੋਢੇ 'ਤੇ ਵੇਲ ਚ ਰੱਖਿਆ ਹੋਇਆ। ਸੜੇ ਹੋਏ ਦਰਵਾਜ਼ੇ 'ਤੇ ਮੱਥਾ ਲਾ ਕੇ ਆਦਾ, ਹਾਏ ਜ਼ਹਰਾ ਹਾਏ ਗਰੀਬੀ। ਹਸਨ ਬਾਬੇ ਦਾ ਦਾਮਨ ਨੱਪ ਕੇ ਆਦਾ, ਬਾਬਾ ਅੰਮਾ ਮਰ ਗਈ ਏ, ਤੁਸਾਂ ਕਿਨ ਪਏ ਵਹਿੰਦੇ ਹੋ? ਅਲੀ ਆਦਿਨ ਤੁਸਾਂ ਮਾਂ ਨੂੰ ਮਿਲੋ, ਮੈਂ ਜ਼ਹਰਾ ਦੀ ਕਬਰ ਬਣਾਵਾ। ਹਸਨ ਆਦਿਨ ਕੰਬਰ ਨੂੰ ਭੇਜੋ, ਸਲਮਾਨ ਨੂੰ ਭੇਜੋ। ਅਲੀ ਵੈਣ ਕਰਕੇ ਆਦਿਨ, ਜਿਹੜਾ ਵੈਂਦਾ ਏ ਅੱਗੋਂ ਉਮਤ ਵਰੇਂਦੀ ਏ। ਹੱਸ ਹੱਸ ਕੇ ਆਦਿਨ, ਜ਼ਹਰਾ ਦੀ ਕਬਰ ਦੀ ਜਾ ਕੋਈ ਨਹੀਂ ਆ, ਇਹ ਆਦਿਨ ਇਹ ਅਲੀ ਦੀ ਹੋ ਜਾਏ। ਬਿਸਮਿਲਾ ਕਰਾ, ਅਲੀ ਦੀਆਂ ਧੀਆਂ ਰਾਜ਼ੀਆਂ ਨੇ, ਰੋਂਦਾ ਹੋ ਜਾਂਦਾ ਕਈ ਨੁਕਸਾਨ ਹੋਵੇ। ਅਜ਼ਾਦਾਰੋ ਮੈਂ ਸੈਯਦਾ ਦਾ ਨਾ ਕਦੀ ਗੁਸਲ ਫੜੀ ਆਏ, ਨਾ ਕਦੀ ਕਫਨ ਫੜੀ ਆਏ, ਮੇਰੀ ਮਜਾ ਲਿਖਿਆ ਏ। ਉਹ ਸੈਯਦ ਜ਼ਾਦੀਏ, ਮੈਂ ਉਮਤੀ ਦਾ ਪੁੱਤਰ ਆ। ਅਜ਼ਾਦਾਰੋ ਸੈਯਦਾ ਦਾ ਜਨਾਜ਼ਾ ਤਿਆਰ ਏ। ਅਲੀ ਵੈਣ ਕਰਕੇ ਆ ਦਿਨ ਹਸਨ ਲਾਲ ਵੇਖ ਤਾਂ ਸਹੀ, ਕੋਈ ਸੱਜਣ ਮੂੰਹ ਵੇਖਣ ਤੋਂ ਰਹਿ ਨਾ ਗਿਆ ਹੋਵੇ। ਹਸਨ ਆ ਦਿਨ ਬਾਬਾ ਹਰ ਕੋਈ ਆਏ, ਹੁਸੈਨ ਦੀਵਾਰ ਨਾਲ ਚੁੱਪ
करके बैठो अजादारो बिस्मिल्ला पढ़ के बकाए बिस्मिल्ला ने बिस्मिल्ला नु मिट्टी तो चाया रो क्या दे हुसैन मां नु क्यों नहीं मिलदा मां दे नाल नाराज है वैन कर क्या दे बाबा नाराज था कोई ना अम्मा हसन नु मिलिए मैं बाई बधाया अम्मा दुनिया तो टुर गई अली आदन वत किवे मनी दे रो क्या दे मां इंज बुलावे जिवें मरियम ने ईसा नु सड़िया ओ जवानो जेड़े 95 दिहाड़े हाथ नहीं उठदा जहरा दे कफन दे बन खुल गए ओले ओले आवाज आंदे मेरा भज दे घोड़े तो लहना ला अजादारो हुसैनी वे आए जिवे झिक दे पानी आंदे मां दी मैयत हां न ला के आ दे अम्मा रंज ना होवे मैं करबला दा गरीबा अगला वैण करके आ दे अम्मा रंज ना होवे मैं भज दे घोड़े तो लहना ला अजादारा तेरी हाय ने निकली हजे त्रीजा वैन नहीं कीता जिब्राइल दा ताज लथो अली दे पैरां ते हाथ ला के आ दे अल्लाह पिया दे हुसैन मां दी मैयत तो पिछे कर ले नहीं ते मेरा अरश पिया धां दे मेरिया हूरां दे वाल खुल गए जेड़े मातमी बैठे हो एक बार करबला दो मुंह करके आखो मौला तेरी किस्मत चंगी आई मां दा जनाजा दूर करण वाला बाबा अलिया हायो रबाब दी धी सकीना जेड़ी हाथ लेंदी आई शिमर तमाचे मरेंदा जेड़ी रो रो के आधी आई मैं हाथ लाया हाय चुमया नहीं मैं हाथ लाया बिस्मिल्ला करा आखरी वैन ते तालबे दुआ जिंदगी दा पत्ता कोई नहीं आ केड़ी जात मुक जावे हो सकदा है मेरी या कहें दी जिंदगी दी आखरी मजलिस होवे मता रात कब्र च याद आवे अली दियां धीआं दा रुलना मैं अमीर बन के बैठा रिया अजादारो अध रात ले बतूल दा जनाजा मदीने दियां गलियां दे मोड़ कटेंदा आंदे अजादारो जेड़े वेले मदीने दे सदर बाजार च बतूल दा जनाजा आया हुसैन आदिन बाबा मां दा मैयत खलारो मैं मदीने आलिया नाल कोई गल करनी है ओ जवानो अली जनाजा रखिया है हुसैन डुब्बे ते चढ़ी आया वैन करके आ दे मदीने आलियो मुबारक होने जहरा मर गई है आप नाने दी कबर दो मुंह करके आ दे ए अजर दी न सिखावणदा जेड़ा धी तेरी नो हायो धिया रोकया दे जख्मी जहरा